ਕਿਸੇ ਸਮੇਂ ਡੇਰਾ ਮੁਖੀ ਨੂੰ ਮਾਫੀ ਨਾਮਾ ਦੇਣ ਵਾਲੀ ਅਤੇ ਡੇਰੇ ਜਾ ਕੇ ਨਤਮਸਤਕ ਹੋਣ ਵਾਲੀ ਅੱਜ ਡੇਰਾ ਮੁਖੀ ਨੂੰ ਪੈਰੋਲ ਮਿਲਣ ਤੇ ਸਵਾਲ ਚੁੱਕ ਰਹੀ ਹੈ। ਇਹ ਕਹਿਣਾ ਹੈ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਦਾ, ਜੋ ਹਲਕਾ ਅਮਲੋਹ ਤੋਂ ਬੀਜੇਪੀ ਉਮੀਦਵਾਰ ਕਵਰ ਵੀਰ ਸਿੰਘ ਟੋਹੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ। ਇਸ ਮੌਕੇ ਸਿਰਸਾ ਨੇ ਕਿਹਾ ਕਿ 20 ਫਰਵਰੀ ਤੋਂ ਬਾਅਦ ਜੋ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਹੋਵੇਗੀ, ਕਿਉਂਕਿ ਬੀਜੇਪੀ ਦੀ ਇੱਕ ਸੋਚ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਜੋ ਵੀ ਕੀਮਤ ਅਦਾ ਕਰਨੀ ਪਵੇ ਉਹ ਜ਼ਰੂਰ ਕਰਾਂਗੇ। ਦੇਖੋ, ਸੱਚੀ ਗੱਲ ਕਿਹਾ ਕਿ ਮੈਨੂੰ ਉਮੀਦ ਨਹੀਂ ਸੀ ਪਿੰਡਾਂ ਤੋਂ ਇਹੋ ਜਿਹਾ ਰਿਸਪੌਂਸ ਮਿਲੂ, ਕਿਉਂਕਿ ਅਜੇ ਕਈ ਲੋਕਾਂ ਦੇ ਮਨ ਜਿਹੜੇ ਨੇ ਉਹ ਬਣੇ ਨਹੀਂ ਸੀ, ਪਰ ਅੱਜ ਜਿਹੜੇ ਲੋਕਾਂ ਦੇ ਚਿਹਰੇ ਦੀ ਮੁਸਕਾਨ ਦੇਖੀ ਆ, ਮੈਨੂੰ ਲੱਗਦਾ ਕਿ ਜੋ ਲੋਕ ਉਮੀਦ ਨਹੀਂ ਕਰ ਰਹੇ ਜੈਸਾ ਰਿਸਪੌਂਸ ਆਉਣ ਵਾਲੇ ਦਿਨਾਂ 'ਚ ਦਿਖੂਗਾ। ਔਰ ਖਾਸ ਤੌਰ 'ਤੇ ਜਦੋਂ ਆਪਾਂ ਟੌੜਾ ਸਾਹਿਬ ਦੀ ਗੱਲ ਕਰੀਏ, ਤਾਂ ਦੇਸ਼ ਦੇ ਅੰਦਰ ਹਰ ਦੇਸ਼ ਵਾਸੀ ਵਾਸਤੇ ਆਦਰਸ਼ ਜੀਵਨ ਜਿਆ ਹੈ ਟੌੜਾ ਸਾਹਿਬ ਨੇ, ਔਰ ਜਥੇਦਾਰ ਸਾਹਿਬ ਨੇ ਜਿਸ ਤਰੀਕੇ ਇਮਾਨਦਾਰੀ ਦੀ ਇੱਕ ਮਿਸਾਲ ਕਾਇਮ ਕੀਤੀ, ਉਸੇ ਪਰਿਵਾਰ 'ਚੋਂ ਟੌੜਾ ਸਾਹਿਬ ਉਹਨਾਂ ਦੀ ਵਿਰਾਸਤ ਨੂੰ ਲੈ ਕੇ ਅੱਗੇ ਚੱਲੇ ਨੇ। ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਦੀ ਅਹਿਮੀਅਤ ਨੂੰ ਸਮਝਿਆ, ਇਹਨਾਂ ਦੀ ਉਮਰ ਨਹੀਂ ਦੇਖੀ, ਇਹਨਾਂ ਦਾ ਐਕਸਪੀਰੀਅੰਸ ਨਹੀਂ ਦੇਖਿਆ, ਸਭ ਤੋਂ ਵੱਡੀ ਇਹ ਗੱਲ ਸਮਝੀ ਆ ਕਿ ਜਿਸ ਲੈਗੇਸੀ 'ਚੋਂ ਨੇ ਉਹਨਾਂ ਦੀ ਕੀ ਅਹਿਮੀਅਤ ਆ। ਤੋ ਮੈਨੂੰ ਬਹੁਤ ਵਿਸ਼ਵਾਸ ਆ ਜਿਸ ਤਰੀਕੇ ਦਾ ਮੈਂ ਸ਼ਹਿਰ ਦਾ ਮਾਹੌਲ ਔਰ ਪਿੰਡਾਂ ਦਾ ਖਾਸ ਤੌਰ 'ਤੇ ਮਾਹੌਲ ਦੇਖ ਕੇ ਆ ਰਿਹਾ ਹੈ ਕਿ ਇਹ ਟੌੜਾ ਸਾਹਿਬ ਬਹੁਤ ਅੱਛੇ ਮਾਰਜਨ ਦੇ ਨਾਲ ਇਹਨਾਂ ਨੂੰ ਇੱਥੋਂ ਦੇ ਇਲਾਕੇ ਦੇ ਲੋਕ ਜਿਹੜੇ ਨੇ ਉਹਨਾਂ ਵੱਡੇ ਟੌੜਾ ਸਾਹਿਬ ਨੂੰ ਯਾਦ ਕਰਦੇ ਹੋਏ ਇਹਨਾਂ ਨੂੰ ਵਿਧਾਨ ਸਭਾ ਜ਼ਰੂਰ ਭੇਜਣਗੇ। ਜਿਹੜੇ ਵਿਰੋਧੀ ਨੇ ਉਹਨਾਂ ਨੇ ਕਿਸੇ ਤਰੀਕੇ ਵਿਰੋਧ ਕਰਨਾ, ਕਦੀ ਉਹੀ ਲੋਕ ਜਿਹੜੇ ਅੱਜ ਪਰੋਲ ਦੀਆਂ ਗੱਲਾਂ ਕਰਦੇ ਨੇ, ਕਦੀ ਉਹ ਮਾਫੀਨਾਮੇ ਦਿੰਦੇ ਸੀਗੇ, ਕਦੀ ਉਹ ਜਾ ਕੇ ਨਤਮਸਤਕ ਹੁੰਦੇ ਸੀਗੇ। ਸੋ ਪਹਿਲੀ ਗੱਲ ਆ, ਇਹ ਜਿਹੜੇ ਧਰਮ ਦੀ ਗੱਲ ਆ, ਬੀਜੇਪੀ ਧਰਮ ਔਰ ਰਾਜਨੀਤੀ ਨੂੰ ਬਿਲਕੁਲ ਵੱਖਰਾ ਰੱਖਦੀ ਆ। ਕੱਲ੍ਹ ਵੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਜੈਦਾਰ ਕਾਲਤਕ ਸਾਹਿਬ ਨੂੰ ਮਿਲੇ ਨੇ, ਸਵਾਏ ਧਾਰਮਿਕ ਮੁੱਦਿਆਂ ਤੋਂ ਕੋਈ ਸਿਆਸੀ ਮੁੱਦੇ ਦੀ ਗੱਲ ਹੀ ਨਹੀਂ ਕੀਤੀ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਇੱਕ ਦੇਸ਼ ਦੀ ਉਹ ਪਾਰਟੀ ਜਿਹੜੀ ਦੇਸ਼ ਦੇ ਅੰਦਰ ਏਕਤਾ ਵਾਸਤੇ ਜਾਣੀ ਜਾਂਦੀ ਆ, ਜਿਹੜੀ ਦੇਸ਼ ਦੇ ਅੰਦਰ ਅਖੰਡਤਾ ਵਾਸਤੇ ਜਾਣੀ ਜਾਂਦੀ ਆ, ਉਹ ਪੰਜਾਬ ਦੇ ਅੰਦਰ ਸ਼ਾਂਤੀ ਵਾਸਤੇ, ਆਪਸੀ ਭਾਈਚਾਰੇ ਵਾਸਤੇ ਔਰ ਇਹਦੀ ਸੁਰੱਖਿਆ ਵਾਸਤੇ ਕੋਈ ਵੀ ਕੀਮਤ ਅਦਾ ਕਰਨ ਨੂੰ ਤਿਆਰ ਆ। ਔਰ ਉਸ ਪਾਰਟੀ ਨੇ ਪੰਜਾਬ ਦੇ ਅੰਦਰ ਆਪਣੇ ਲੋਕਾਂ ਨੂੰ ਉਤਾਰਿਆ ਇਲੈਕਸ਼ਨ ਅੰਦਰ, ਇਹ ਦੇਸ਼ ਦੀ ਪਾਰਟੀ ਜਿਹੜੀ ਆ ਦੁਬਲ ਇੰਜਨ ਦੀ ਸਰਕਾਰ ਜਿਹਨੂੰ ਇੱਥੇ ਬਣਾਊਗੀ। ਇਹ ਜਿਹੜੇ ਧਾਰਮਿਕ ਮਸਲਿਆਂ ਦੇ ਉੱਤੇ ਜਾਣ ਬੁੱਝ ਕੇ ਸ਼ਰਾਰਤਾਂ ਕੀਤੀਆਂ ਜਾਂਦੀਆਂ ਨੇ, ਇਹਦੇ 'ਤੇ ਵੀ ਬਹੁਤ ਵੱਡੀ ਰੋਕ ਲੱਗੂ। ਬੀਜੇਪੀ ਦਾ ਇੱਕ ਵਿਜ਼ਨ ਆਪਾਂ ਸਮਝਣ ਦੀ ਲੋੜ ਆ, ਤਿੰਨ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ, ਆਮ ਆਦਮੀ ਪਾਰਟੀ ਉਹਦਾ ਵਿਜ਼ਨ ਕੀ ਆ? ਅੱਜ ਮੈਂ ਤੁਹਾਨੂੰ ਇੱਕ ਜਾਣਾ ਚਾਹੁੰਦਾ, ਮੈਂ ਤੁਹਾਨੂੰ ਸਭ ਨੂੰ ਇੱਕ ਗੱਲ ਯਾਦ ਕਰਾਉਣਾ ਚਾਹੁੰਦਾ, ਕੁੰਬਾ ਸਾਹਿਬ ਆਪ ਵੀ ਬੋਲਣਾ, ਮੈਂ ਅਭੀ ਦੇਖ ਕੇ ਆਇਆ ਹਾਂ ਇੱਕ ਪੋਸਟਰ 'ਤੇ, ਲੋਕ ਕਹਿੰਦੇ ਤੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ, ਪਰ ਅੱਜ ਮੈਂ ਸਾਖਸ਼ਾਤ ਤੁਹਾਡੇ ਲੋਕਾਂ ਨੂੰ ਕਹਿਣਾ ਚਾਹੁੰਦਾ, ਪੋਸਟਰ ਦੇਖ ਲਓ, ਅਰਵਿੰਦ ਕੇਜਰੀਵਾਲ ਐਂ ਦੋਵੇਂ ਕੱਚ 'ਚ ਬਾਹਾਂ ਖੜਵਾ ਕੇ ਖੜੋਤਾ ਪੋਸਟਰ 'ਤੇ, ਨਾਲ ਉਹਦੇ ਫਿਰ ਭਗਵੰਤ ਮਾਨ ਨੇ ਵੀ ਦੋਵੇਂ ਕੱਚ 'ਚ ਬਾਹਾਂ ਪਾ ਲਈਆਂ ਨੇ, ਅਤੇ ਜਿਹੜਾ ਇੱਥੋਂ ਦਾ ਕੈਂਡੀਡੇਟ ਆ ਵੜਿੰਗ ਨਾ, ਉਹਨੇ ਵੀ ਰੰਗ ਬਦਲਿਆ, ਉਹਨੇ ਵੀ ਕੱਚ 'ਚ ਬਾਹਾਂ ਪਾ ਲਈਆਂ, ਜਿਵੇਂ ਪੰਜਾਬ ਦਾ ਤਮਾਸ਼ਾ ਵੇਖਣ ਨੂੰ ਅਸੀਂ ਤਾਂ ਆਏ ਹਾਂ, ਤਮਾਸ਼ਗੀਰ ਆਏ ਹਾਂ। ਆਹ ਹਾਲਾਤ ਨੇ, ਕਿੱਥੇ ਪੰਜਾਬ ਦਾ ਕਲਚਰ ਹੱਥ ਜੋੜਨ ਦਾ ਸੀਗਾ, ਕਿੱਥੇ ਪੰਜਾਬ ਦਾ ਕਲਚਰ ਸੀਸ ਝੁਕਾਉਣ ਦਾ ਸੀਗਾ, ਕਿੱਥੇ ਪੰਜਾਬ ਦਾ ਕਲਚਰ ਜੈਕਾਰਿਆਂ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦਾ ਸੀ, ਅਤੇ ਕੱਛਾਂ 'ਚ ਹੱਥ ਪਾਉਣ ਵਾਲੇ ਲੋਕ ਪਹੁੰਚ ਗਏ ਆ। ਇਹ ਪਾਰਟੀ ਕੱਛਾਂ 'ਚ ਹੱਥ ਪਾਉਣ ਵਾਲੀ ਆ, ਇਹ ਕੇ ਪਾਰਟੀ ਆ। ਦੂਜੀ ਕਾਂਗਰਸ ਜਿਹੜਾ ਆਪਣਾ ਮਰਿਆ ਵਜੂਦ ਬਚਾਉਣ ਵਾਸਤੇ ਲੜਦੀ ਪਈ ਆ ਵੀ ਕਿਸੇ ਤਰੀਕੇ ਬਚ ਜਾਈਏ, ਨਹੀਂ ਤਾਂ ਰਾਹੁਲ ਗਾਂਧੀ ਮਿੱਟੀ ਹੋ ਜੂਗਾ। ਅਤੇ ਤੀਜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਗਵਾਚਿਆ ਆਪਣਾ ਰਾਹ ਲੱਭਣ ਨੂੰ ਫਿਰਦੀ ਆ। ਤਿੰਨੇ ਪਾਰਟੀਆਂ ਦਾ ਮੁਆਦ ਕੀ ਆ? ਉਹ ਇੱਕੋ ਚੀਜ਼ ਸੋਚਦੇ, ਰਾਜ, ਰਾਜ ਅਤੇ ਰਾਜ। ਸਾਡਾ ਕਿਸੇ ਤਰੀਕੇ ਰਾਜ ਬਣ ਜੇ, ਉਹਦੇ ਵਾਸਤੇ ਪੰਜਾਬ ਲੁਟਾ ਦਿਉ, ਵਕਾ ਦਿਉ, 4 ਲੱਖ ਕਰੋੜ ਦੇ ਕਰਜ਼ੇ ਥੱਲੇ ਲਿਆ ਤਾ, ਕਰਜ਼ੇ ਦੇ ਨਾਲ ਨਾਲ ਨਸ਼ੇ ਦੇ ਅੰਦਰ ਗ੍ਰਸਤ ਕਰਤਾ ਪੰਜਾਬ ਨੂੰ, ਅੱਜ ਸਭ ਤੋਂ ਵੱਡੀ ਬੇਰੋਜ਼ਗਾਰੀ ਦੀ ਮਾਰ ਪੰਜਾਬ ਅੰਦਰ ਆ, ਔਰ ਗੈਂਗਸਟਰਾਂ ਦਾ ਬੋਲਬਾਲਾ ਪੰਜਾਬ ਅੰਦਰ ਆ। ਅਗਰ ਇਹਨੂੰ ਕੋਈ ਖਤਮ ਕਰ ਸਕਦਾ ਤਾਂ ਇੱਕ ਪਾਰਟੀ ਆ ਕਿਹੜੀ ਜਿਸ ਦਾ ਰਾਜ ਸੱਤਾ ਹਾਸਲ ਕਰਨਾ ਕੋਈ ਮੁਕਾਮ ਨਹੀਂ, ਨਾ ਉਹਨਾਂ ਮੁੱਖ ਮੰਤਰੀ ਬਣਨਾ ਨਾ ਪ੍ਰਧਾਨ ਮੰਤਰੀ। ਉਹ ਇੱਕੋ ਗੱਲ ਸੋਚਦੇ ਆ ਜਿਵੇਂ ਕੱਲ੍ਹ ਜਿਹੜੀ ਗੱਲ ਕਿ ਅਮਿਤ ਸ਼ਾਹ ਜੀ ਨੇ ਕਿ ਪੰਜਾਬ ਦੇਸ਼ ਦਾ ਦਿਲ ਆ, ਦਿਲ, ਅਤੇ ਬਿਨਾਂ ਦਿਲ ਦੇ ਕੋਈ ਇਨਸਾਨ ਨਹੀਂ ਹੋ ਸਕਦਾ, ਐਡੀ ਵੱਡੀ ਗੱਲ ਕਹਿਣੀ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਉਹ ਤਾਂ ਜਥੇਦਾਰ ਸਾਹਿਬ ਦੇ ਕੋਲ ਇਸ ਗੱਲ ਨੂੰ ਮੰਨਦੇ ਕਿ ਇਹ ਸਰਵੋੱਚ ਸਥਾਨ ਆ ਸਿੱਖਾਂ ਦਾ, ਜਿਹੜੇ 50-50 ਸਾਲਾਂ ਤੋਂ ਮੁੱਦੇ ਹੱਲ ਨਹੀਂ ਹੋਏ, ਜਿਹੜੇ ਸਾਡੇ, ਮੈਂ ਅੱਜ ਇੱਕ ਜ਼ਿੰਮੇਵਾਰ ਪਾਰਟੀ ਦੇ ਸਿਪਾਹੀ ਦੇ ਰੂਪ 'ਚ ਗੱਲ ਕਹਿ ਕੇ ਚੱਲਿਆ ਹੈ, ਜਿਹੜੇ ਲੋਕ ਜੇਲ੍ਹਾਂ 'ਚ ਬੰਦ ਪਏ ਸੀ, ਜਿਨ੍ਹਾਂ ਦੇ ਲੋਕ 'ਤੇ ਰਾਜਨੀਤੀ ਕੀਤੀ ਜਾਂਦੀ ਸੀ, ਆ 20 ਤਰੀਕ ਲੰਘਣ ਦਿਓ ਜੇ, ਜ਼ਿੰਮੇਵਾਰੀ ਨਾਲ ਕਹਿ ਕੇ ਆ ਰਹੇ ਹਾਂ, ਉਹ ਸਾਰੇ ਦੇ ਸਾਰੇ ਮੇਨ ਸਟ੍ਰੀਮ 'ਚ ਵਾਪਸ ਆਉਣਗੇ, ਕਿਉਂਕਿ ਪਾਰਟੀ ਦੀ ਇੱਕ ਸੋਚ ਆ ਵੀ ਪੰਜਾਬ ਦੀ ਅਮਨ ਸ਼ਾਂਤੀ ਦੇ ਵਾਸਤੇ, ਮੈਂ ਫਿਰ ਕਹਿ ਦਿਆਂ, ਪੰਜਾਬ ਦੀ ਅਮਨ ਸ਼ਾਂਤੀ ਦੇ ਵਾਸਤੇ
कोई भी कीमत अदा करनी पेगी वह कीमत अदा करा पर पंजाब की शांति अमन शांति भंग नहीं होने देंगे। इस विजन भारतीय जनता पार्टी आई है करजे जो कढ़ना है 4 लाख करोड़ बच्चा पैदा होंगे 1.5 लाख के करजे के नाल पैदा होंगे कला सूबा जिथे बच्चा पैदा होंगे करजे नाल होंगे और जो चिट्टे का हाल है जिस तरह नशे ग्रस्त आ केवल एक पार्टी सोच रखती है वारों वारी सब ने करके देख लिया तो इस करके भारतीय जनता पार्टी का विजन बड़ा क्लीयर आ देश नूं बचाउणा है ते पंजाब नूं पहला खुशहाल बनाउणा है। उथे दूजे पासे मनजिंदर सिंह सिरसा दे वल्लों इह वड्डा दावा ठोकिया गया कि शहरां विच ही नहीं सगो पिंडां दे विच वी लोकां दा बहुत हुंगारा मिल रहा है जिस तों उहनां नूं उम्मीद है कि 2022 दे विच लोक बीजेपी नूं जरूर जिताउणगे। D5 चैनल पंजाबी लई अमलो तों धर्मिंदर सिंह दी रिपोर्ट। D5 चैनल पंजाबी हुणे सबस्क्राइब करो बैल आइकन ते क्लिक करो। की हुंदी है जमाबंदी किवें बनदी है वसीयत जमीन जायदाद दे हर मसले ते करांगे चर्चा देखना ना भुलना साडा खास प्रोग्राम नायब तहसीलदार.com कानून जायदाद दा।